ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣ ਭਾਈਓ, ਮਿਹਨਤ ਕਰਨਿਆ ਠੀਕ ਠਾਕ ਹੋ ਸੋ? ਜਿੱਥੇ ਰਹੋ ਖੁਸ਼ ਰਹੋ, ਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ, ਅਤੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਠੀਕ ਠਾਕ ਹਾਂ। ਸ਼ੁਕਰ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਹਰ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ, ਅਤੇ ਜਿਹੜੇ ਮੇਰੇ ਭੈਣਾਂ ਭਰਾ ਬਿਮਾਰ ਉਹਨਾਂ ਨੂੰ ਅੱਲਾ ਪਾਕ ਸ਼ਫਾ ਦੇਵੇ, ਅਤੇ ਜਿਹਨਾਂ ਕੋਲ ਔਲਾਦ ਉਹਨਾਂ ਨੂੰ ਅੱਲਾ ਪਾਕ ਔਲਾਦ ਦੇਵੇ, ਅਤੇ ਜਿਹਨਾਂ ਕੋਲ ਕਾਰੋਬਾਰ ਉਹਨਾਂ ਨੂੰ ਅੱਲਾ ਪਾਕ ਕਾਰੋਬਾਰ ਦੇਵੇ, ਅਤੇ ਹਰ ਤੇ ਅੱਲਾ ਪਾਕ ਰਹਿਮਤ ਕਰੇ, ਅਤੇ ਅੱਲਾ ਨੂੰ ਯਾਦ ਕਰਕੇ ਅੱਜ ਵਲੋਦ ਕਰਨੇ ਆਗਾਜ਼। ਸੁਬਹਾ ਮੁੱਠੇ ਕਣਕ ਲੈ ਮੈਂ ਕਾਲ ਜਾਵਣਾ, ਤਾਂ ਮੇਰੀ ਤਬੀਅਤ ਖਰਾਬ ਹੋ ਜਾ, ਤਾਂ ਰਾਤ ਮੇਰੇ ਬਹਿਣਾ ਕਿ ਬਸ ਤੈਨੂੰ ਪੁੱਛਣ ਆਵਣਾ, ਤੂੰ ਮੈਂ ਵਜ੍ਹਾ ਸੋਜਾ ਤਾਂ ਨਹੀਂ ਗਈ। ਹੁਣ ਨਾ ਬਿਲਾਲ ਮਾਏ ਵੀ ਉੱਠੇ ਪਿਆ, ਅਤੇ ਮੈਂ ਉਹਨਾਂ ਆਟਾ ਗੁੰਨ ਕੇ ਰੋਟੀਆਂ ਪਕਾ ਕੇ ਨਾ ਦੇ, ਮੈਂ ਚੱਲ ਹੁਣ ਦੀਆਂ ਰੋਟੀਆਂ ਪਕਾ ਦੇਵਾਂ, ਤਾਂ ਮੋੜਾ ਗਾਂਦੀਆਂ ਨਾ, ਅੱਜ ਸਾਡੇ ਗਵਾਹ ਡੈਣਾ ਅਸਲਾ ਮੋਰੀ, ਅਤੇ ਸ਼ਾਬਾ ਸੀ ਨਾ ਕਿ ਬਸ ਬੱਚਿਆਂ ਰੋਟੀਆਂ ਪਕਾ ਕੇ ਦਿੰਦੇ ਰਹਾਂ, ਅਤੇ ਹੁਣ ਪਕਾ ਕੇ ਰੋਟੀਆਂ ਮੋੜ ਮਜ਼ਾ ਨਹੀਂ। ਵਾੜੀਆਂ ਨੂੰ ਯਾਦ ਮਾਸ਼ਾ ਅੱਲਾ ਲੱਗ ਗਿਆ ਹੈਗਾ, ਅਤੇ ਕਿਹੜਾ ਮਾਸ਼ਾ ਅੱਲਾ ਵਟਿੰਦੀ ਪੇਗ ਨਾਲ, ਤੈਬੂ ਕਿਹੜਾ ਕਿਤੇ ਵੀ ਰੇਡ ਟੁਰ ਜਾਂਦਾ ਹੈਗਾ, ਇਤਨੀ ਕੁਝ ਕਿਹੜਾ ਨੇ ਵੱਢ ਲਈ ਨੇ, ਅਤੇ ਕੁਝ ਖਲੀ ਹੈਗੀ, ਅਤੇ ਆ ਦੁਕਾਨਾਂ ਨਾਲ ਪਈਆਂ ਖਲੀਆਂ, ਅਤੇ ਨਾਲ ਕਿਹੜਾ ਰੂੰ ਹੈਗੀ ਮੋਬਾਈਲ ਸੀ, ਕੁਝ ਜੋੜਦੇ ਦੇਣਗੇ, ਨਾਲ ਵਿੱਚ ਕਿਹੜਾ ਵੱਢ ਹੀ ਕੁਝ ਚੁੱਕਦੇ ਦੇਣਗੇ, ਜਾਂਦੇ ਪੈ ਗਿਆ, ਅਤੇ ਨਾਲ ਮਾਸ਼ਾ ਅੱਲਾ ਤਣਾ ਕੀ ਕਰਨ ਤਿਆਰ ਹੋ ਗਿਆ ਕਿ ਬਟਨ, ਅਤੇ ਨਾਲ ਕਹਿਣਾ ਇੱਦਾਂ ਹੀ ਹੈਗੀ ਤਿਆਰ, ਅਤੇ ਦੋਵਾਂ ਪਾਸੇ ਹੈਗੇ ਕੁਝ ਆ ਠੀਕ ਹੈਗੀ, ਅਤੇ ਮਾਸ਼ਾ ਅੱਲਾ ਨਾਲ ਕਿਹੜਾ ਅਸੀਂ ਦਵਾਉਣਾ ਹੀ ਆਣਗੇ, ਅਤੇ ਚੁਪਾਏ ਹਨ ਫਿਰ ਕੋਈ ਕੱਚੇ ਹੀ ਪੈਣਗੇ, ਪਹਿਲੇ ਤੁਹਾਨੂੰ ਬਣੇ ਮੇਰਾ ਨੂੰ ਉਠਾਉਂਦੇ ਹੈਗੇ ਆਵੇ ਮਾਸ਼ਾ ਨਹੀਂ, ਤੇ ਵਿੱਚੋਂ ਤਾਂ ਕੱਚਾ ਹੈਗਾ, ਉੱਤੋਂ ਪੱਕਾ ਲੱਗਦਾ ਪਿਆ ਗਾ, ਅਤੇ ਨਾਲ ਕਿਹੜਾ ਨਾ ਹੈਗਾ ਹੀ ਹੈਗਾ ਪਲਾਟ ਹੈਗਾ ਆ ਗਏ ਨੇ ਨਾਲ ਦਵਾਣੇ, ਅਤੇ ਵਿੱਚ ਰੂਹ ਹੀ ਹੈਗੀ, ਅਤੇ ਨਾਲ ਹੀ ਦਵਾਣੇ ਹੀ ਹੈਗੀ, ਅਤੇ ਬਹੁਤ ਵੱਡੀ ਫਸਲ ਕਰੀ ਹੈਗੀ ਆ ਗਏ ਥੋੜੇ ਪੈਣਾ ਬਰਾਉਣ ਸ਼ਹਿਰ ਕਰ ਲਏ ਨਾਲ, ਅਤੇ ਨਾਲ ਕਟਾਉਣਾ ਅਬੂ ਜਾਂਦਾ ਪਿਆ ਗਿਆ ਨਾ ਗੱਤੇ ਟੋਰ ਜਾਂਦਾ ਹੈਗਾ, ਅਤੇ ਨਾਲ ਹੀ ਬਿਜਲੀ ਲੱਗੀ ਹੋਈ ਹੈ, ਅਤੇ ਉਹਦਾ ਪਾਣੀ ਕਢਾਉਣਾ ਇਹਨੂੰ ਲੱਗਦਾ ਹੈਗਾ ਆ ਵੇਖੋ ਮਾਸ਼ਾ ਅੱਲਾ, ਅਤੇ ਵੇ ਮਾਸ਼ਾ ਅੱਲਾ ਤੁਹਾਨੂੰ ਵਿਖਾਉਂਦੇ ਹੈਗੇ ਵੇ ਫੁੱਲ ਆਣਗੇ ਆ ਵੇਖੋ ਜੀ ਮਾਸ਼ਾ ਅੱਲਾ ਆਣਗੇ ਫੁੱਲ ਮਾਸ਼ਾ ਪਾਣੀ ਦੇ ਵੇਖ ਲੈਣਗੇ ਨਾਲ ਬਿਜਲੀ ਹੈਗੀ ਚੋਣ ਹੀ ਪਾਤ ਕਰ ਲਿਆ ਗਿਆ, ਅਤੇ ਨਾਲ ਹੀ ਇਹਦੇ ਦਵਾਉਣ, ਅਤੇ ਨਾਲ ਕਿਹਾ ਨਾ ਰਹਿ ਗਈ ਪਾਣੀ ਵਿੱਚ ਬੜੀ ਲੰਮੀ ਹੈਗੀ ਨਾਰ, ਕਹਿੰਦਾ ਪਾਣੀ ਕਿਹੜਾ ਨਾਲ ਲੱਗਦਾ ਹੈਗਾ ਹਰ ਕਿਸਮ ਨੂੰ, ਤੈਨੂੰ ਪਾਣੀ ਚਾਹੀਦਾ ਹੈਗਾ ਉਹ ਇਹਦੇ ਨਾਲ, ਅਤੇ ਨਾਲ ਹੀ ਦਵਾਉਣੇ ਆਣਗੇ ਦਵਾਉਣੇ, ਤਾਂ ਸਾਡਾ ਲੋਕ ਬਹੁਤ ਜ਼ਿਆਦਾ ਕਹਿਣਾ ਹੈਗੇ ਮਾਸ਼ਾ।
ਸਾਫ ਪਾਣੀ ਹੈ ਕਿਨਾਰ ਦਾ।